ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਇਹ ਫੋਟੋ ਦੇਖ ਕੇ ਗਾਣਾ ਸ਼ੁਰੂ ਕਰਿਆ ਮੈਂ ਤੇਰਾ ਇਹ ਮੇਰਾ ਜਿਗਰੀ ਮਿੱਤਰ ਸੀ ਇਹਨੂੰ ਵਰਜਦਾ ਵੀ ਰਿਹਾ ਮੈਂ ਸਕੂਟਰ ਤੇ ਨਾ ਚੜਿਆ ਕਰ ਹਟਿਆ ਨਹੀਂ ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ ਬਹੁਤ ਜ਼ਿਆਦਾ ਇੱਕੋ ਘਟਾ ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਪੱਗ ਬੰਨਣੀ ਭਰਿਆ ਆਖਰੀ ਲੜਦਾ ਲੋਟ ਨਾ ਆਉਣਾ ਫੁੱਲ ਰੇਸ ਤੇ ਸੜਕਾਂ ਉੱਤੇ ਬੁਲਟ ਪਜਾਉਣਾ ਇਹ ਜ਼ਿੰਦਗੀ ਹੁੰਦੀ ਹੈ ਬਈ ਅਲਜਬਰੇ ਜਈ ਰੱਟੇ ਨਾਲ ਥੇ ਹੋਰ ਮਾਂ ਕਿੱਥੇ ਆਉਂਦੀਆਂ ਨੇ ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ ਫੇਰ ਉਸ ਕੁੜੀ ਦਾ ਜ਼ਿਕਰ ਹੈ ਛਿੜਦਾ ਉਹਨੂੰ ਚੇਤੇ ਕਰਕੇ ਇੱਕ ਫਿਕਰ ਹੈ ਛਿੜਦਾ ਲੰਮਾ ਕੱਦ ਰੰਗ ਗੋਰਾ ਧੌਣੇ ਹੋਏ ਬਿੱਲੀ ਜਈ ਅੱਜ ਵੀ ਸੁਪਨੇ ਦੇ ਵਿੱਚ ਫੇਰਾ ਪਾਉਂਦੀ ਬਈ ਜੱਟ ਬੂਟ ਜਦ ਸ਼ਹਿਰ ਚ ਡੇਰਾ ਲੈ ਲੋਗੜ ਵਰਗੀਆਂ ਲਾਲੀਆਂ ਮਸਕੇ ਲਾਉਂਦੀਆਂ ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਜੀ ਗੱਲ ਇੱਥੇ ਥੋੜ੍ਹੀ ਜਿਹਾ ਰਿਹਰਸਲ ਕਰੀਏ ਤੁਹਾਡੀ ਸਰੀਰ ਖੁੱਲ ਜੇ ਤੁਹਾਡਾ ਕੱਢ ਤੋਂ ਬਾਅਦ ਕਹਿ ਜੇ ਬੰਦਾ ਜ਼ਿਆਦਾ ਸ਼ਰਾਬ ਪੀਵੇ ਨਾ ਉਹਨੂੰ ਦੋ ਕੁ ਵਾਰੀ ਡੋਕਦਾ ਬੰਦਾ ਵੀ ਯਾਰ ਥੋੜ੍ਹੀ ਵੀ ਸੱਟ ਖਾ ਲੇਗਾ ਜੇ ਨਾ ਸੂਤ ਆਵੇ ਫਿਰ ਖਤਰ ਦਾ ਗਲਾਸ ਭਰ ਕੇ ਪਿਆ ਦਿਓ ਉਹ ਹਾਲ ਤੁਹਾਡਾ ਤੁਹਾਨੂੰ ਦੋ ਕੁ ਵਾਰੀ ਉਹ ਮੈਂ ਕਹਿਣਾ ਇਹ ਤੋਂ ਬਾਅਦ ਮੈਂ ਕਹਿਣਾ ਨਹੀਂ ਵੀ ਸੱਟ ਸੁੱਟ ਲੱਗ ਜੂਗੀ ਸਿਆਲ ਦੀ ਸੱਟ ਤੇ ਪੁਲਿਸ ਦੀ ਕੁੱਟ ਮਾੜੀ ਹੁੰਦੀ ਹੈ ਬਚੇ ਹੋਏ ਦੋ ਜਿੰਨਾ ਚਿਰ ਬਚ ਸਕਦੇ
ਫਿਰ ਗਾਓ ਨਾਲ ਨਾਲ।
ਹਿਜਰ ਤੇਰੇ ਵਿੱਚ ਨਾ ਕਜ਼ਾਦਾ ਕਿਧਰੇ ਨਾ ਮੈਨੂੰ ਡੰਗ ਜਾਵੇ ਜ਼ਿੰਦਗੀ ਸੋਹਣੀ ਰੋਸਿਆਂ ਵਿੱਚ ਨਾ ਲੱਗ ਜਾਵੇ ਮੇਰੇ ਵਿੱਚ ਨਾ ਕਜ਼ਾਦਾ ਕਿਸੇ ਦੇ ਨਾਮ ਮੈਨੂੰ ਡੰਗ ਜਾਵੇ ਨੀਂਦ ਨਾ ਆਉਂਦੀ ਮੈਨੂੰ ਰਾਤ ਨੂੰ ਦੱਸ ਕੀ ਕਰਾਂ ਨੀਂਦ ਨਾ ਆਉਂਦੀ ਮੈਨੂੰ ਰਾਤ ਨੂੰ ਦੱਸ ਕੀ ਕਰਾਂ ਨੀਂਦ ਨਾ ਆਉਂਦੀ ਮੈਨੂੰ ਰਾਤ ਨੂੰ ਦੱਸ ਕੀ ਕਰਾਂ ਬੇਚੈਨੀ ਘਬਰਾਹਟ ਨੂੰ ਮੈਂ ਨੀ ਦੱਸ ਕੀ ਕਰਾਂ ਨੀਂਦ ਨਾ ਆਉਂਦੀ ਮੈਨੂੰ ਰਾਤ ਨੂੰ ਦੱਸ ਕੀ ਕਰਾਂ ਦਿਲ ਕੁਕਾ ਮਾਰੇ ਕੱਟਾਂ ਤਾਂ ਕੱਟਾਂ ਵੇ ਦੱਸ ਕੀ ਦੇ ਸਹਾਰੇ ਦਿਲ ਕੁਕਾ ਮਾਰੇ ਦੋ ਹੱਥ ਪਾਲਾ ਹੋਏ ਕੁੱਕੜਾ ਕੱਟਾਂ ਤਾਂ ਕੱਟਾਂ ਵੇ ਦੱਸ ਕੀ ਦੇ ਸਹਾਰੇ ਗਲ ਨਾਲ ਲਾ ਕੇ ਵੇ ਤੂੰ ਕਰ ਗਿਆ ਬੇਗਾਨੀ ਏ ਜ਼ਾਲਮਾ ਰੇਤੇ ਚ ਰੋੜਦੀ ਜਵਾਨੀ ਰੇਤੇ ਚ ਰੋੜਦੀ ਜਵਾਨੀ ਨਿਕਲਿਆ ਮਾਨਾ ਵੇ ਤੂੰ ਤਨ ਦਾ ਵਪਾਰੀ ਵੇ ਕਰ ਗਿਆ ਦਾਗੀ ਮੇਰੀ ਇੱਜ਼ਤ ਕਵਾਰੀ ਥੋੜੀ ਸੋਚਾਂ ਵਿੱਚ ਲੰਘੀ ਥੋੜੀ ਵਾਅਦਿਆਂ ਚ ਲੰਘੀ ਥੋੜੀ ਜ਼ਿੰਦਗੀ ਨੂੰ ਜਿਉਣ ਦੇ ਇਰਾਦਿਆਂ ਚ ਲੰਘੀ ਥੋੜੀ ਸੋਚਾਂ ਵਿੱਚ ਲੰਘੀ ਥੋੜੀ ਵਾਅਦਿਆਂ ਚ ਲੰਘੀ ਥੋੜੀ ਜ਼ਿੰਦਗੀ ਨੂੰ ਜਿਉਣ ਦੇ ਇਰਾਦਿਆਂ ਚ ਲੰਘੀ ਬਾਕੀ ਲੰਘ ਜਾਣੀ ਤੇਰੇ ਹਾਂ ਇਸ਼ਾਰਿਆਂ ਦੇ ਨਾਲ ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ ਕੀਤਾ ਤਬਾਹ ਮੈਨੂੰ ਧੰਨਵਾਦ ਅਮਿਤੋਜ ਸਾਹਿਬ ਤੁਹਾਡਾ ਵੀ ਕਿੱਥੇ ਦੇਖੀ ਨਹੀਂ ਚੱਲ ਆ ਜਾਂਦਾ ਫਿਰ ਬੋਲ ਸਾਡੇ ਦਰਮਿਆਨ ਆ ਜਾ ਆ ਜਾ ਤੇਰੇ ਕਰਕੇ ਅਸੀਂ ਆ ਗਏ ਤੇ ਸਾਨੂੰ ਗਰੀਬਾਂ ਨੂੰ ਕਿੱਥੇ
ਅੱਜ ਤਾਂ ਇੱਕ ਅੱਧਾ ਗਿਰ ਕੇ ਜਾਇਓ ਘਰੇ, ਪਤਾ ਤਾਂ ਲੱਗੇ, ਸੱਟ ਖਾ ਕੇ ਜਾਇਓ। ਆ ਜਾਓ ਅੱਜ। ਸੋ ਸਾਡੇ ਦਰਮਿਆਨ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚ ਪਹੁੰਚਣ ਤੇ ਸਰਦਾਰ ਬਲਦੇਵ ਸਿੰਘ ਜੀ ਪੰਨੂ ਸਾਹਿਬ ਮੀਡੀਆ ਐਡਵਾਈਜ਼ਰ ਟੂ ਸੀ ਐਮ ਪੰਜਾਬ ਤੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਕੈਬਨਿਟ ਮੰਤਰੀ। ਮੇਰੀ ਤਾਂ ਸਮਝਦੇ ਨੀ ਮੁਕਣਾ, ਮੈਂ ਤਾਂ ਇਹਨਾਂ ਦਾ ਪੱਟਿਆ ਤਾਂ ਮੈਂ ਪਤਾ ਨੀ ਕਿੱਥੇ ਕਿੱਥੇ ਘੁੰਮਿਆ, ਇਹਨਾਂ ਦਾ ਰੌਲਾ ਹੀ ਨੀ 10 ਸਾਲ ਹੋ ਗਏ। ਮੈਂ ਤਾਂ ਇਹ ਮੌਨ ਇਹ ਧਾਰਿਆ ਹੋਇਆ, ਇਹ ਤਾਂ ਤੁਹਾਡਾ ਹੀ ਹੈ ਪੁੱਤਰੋ। ਆ ਜਾ ਆ ਜਾ ਥੱਲੇ, ਸਪੈਸ਼ਲ ਫੋਟੋ ਵਿੱਚ ਹੁਣ ਢਾਬੇ ਤੇ ਖੜ ਕੇ ਆ ਜਾਓ ਥੱਲੇ, ਆ ਜਾਓ ਆ ਜਾਓ, ਲਵ ਯੂ ਹੈ ਲਵ ਯੂ। ਆ ਜਾਓ ਪਤੰਦਰੋ, ਮੈਂ ਇਕੱਲਾ ਹੀ ਕਲਾਕਾਰ ਹਾਂ, ਤੁਸੀਂ ਮੈਨੂੰ ਧੇਰੇ ਬਣਾ ਕੇ ਰੱਖਦੇ ਹੋ ਯਾਰ, ਆ ਜਾਓ ਥੱਲੇ, ਕੋਈ ਰੌਲਾ ਹੋਵੇ। ਹਾਂਜੀ, ਇਹ ਬੀਬਾ ਨੇ ਕਿਤਾਬ ਲਿਖੀ ਹੈ, ਵੈਸੇ ਤਾਂ ਤੁਸੀਂ ਨੈੱਟ ਨੁੱਟ ਤੋਂ ਹੀ ਪੜ੍ਹ ਲੈਂਦੇ ਆ, ਪਰ ਖਰੀਦ ਲਿਓ ਯਾਰ, ਕਿਉਂਕਿ ਸਮਾਜ ਚ ਲੈਪੈਂਟ ਹੈ। ਜ਼ਰੂਰ ਜ਼ਰੂਰ, ਕਿਉਂਕਿ ਬਦਕਿਸਮਤੀ ਕੀ ਹੈ ਕਿ ਪੰਜਾਬ ਚ ਗਾਇਕਾਂ ਦਾ ਤਾਂ ਜੁਗਾੜ ਵਧੀਆ ਚੱਲੀ ਜਾਂਦਾ, ਪਰ ਜਿਹੜੇ ਮੂਲ ਰੂਪ ਚ ਲੇਖਕ ਹੈ ਉਹਨਾਂ ਦੀ ਕੀਮਤ ਨਹੀਂ ਪਈ। 70 ਦੇ ਦਸ਼ਕ ਚ, 80 ਦੇ ਦਸ਼ਕ ਚ ਲੇਖਕਾਂ ਤੇ ਸ਼ਾਇਰਾਂ ਦੀ ਬਹੁਤ ਕੀਮਤ ਸੀ। ਅਸੀਂ ਉਪਰਾਲਾ ਕਰਦੇ ਹਾਂ ਭਵਿੱਖ ਚ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਬਣਾਈਏ, ਔਰ ਮੈਂ ਇਹ ਜਿਹੜੀ ਸਰਕਾਰ ਨੂੰ ਬੇਨਤੀ ਕਰਨਾ ਕਿ ਇਹਨਾਂ 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 ਲਈ ਵੀ ਚੰਗੇ ਅਵਾਰਡ ਰੱਖੇ ਜਾਣ, ਜਿਹੜੇ ਅੱਛੇ ਬੁੱਧੀਜੀਵ ਆ, ਅੱਛੇ ਸ਼ਾਇਰ ਆ ਜਿਹੜੇ ਸਾਡੇ 'ਚ ਨਹੀਂ ਰਹੇ, ਉਹਨਾਂ ਦੇ ਨਾਂ 'ਤੇ ਵੀ ਸਮਾਰਕ ਬਣ ਜਾਣ। ਕਿਉਂਕਿ ਸਾਡੇ ਪੰਜਾਬ ਨੇ ਬਹੁਤ ਵੱਡੇ ਵੱਡੇ ਸ਼ਾਇਰ, ਸਾਹਿਬ ਲੁਧਿਆਣਵੀ, ਸ਼ਿਵ ਕੁਮਾਰ ਜੀ, ਕਿੰਨੇ ਸ਼ਾਇਰ ਸਾਨੂੰ ਦਿੱਤੇ। ਬਾਬਾ ਬਲਵੰਤ ਗਾਰਗੀ ਇੱਧਰ ਗਏ ਸੀ, ਜਸਵੰਤ ਸਿੰਘ ਕਮਲ, ਬਹੁਤ ਲੰਬੀ ਲਿਸਟ ਹੈ, ਕਦੇ ਪੜ੍ਹਿਆ ਇਹਨਾਂ ਨੂੰ? ਬਸ ਸਾਰਾ ਦਿਨ ਚੱਕ ਲਓ, ਧਰ ਲਓ ਫੇਸਬੁੱਕ ਤੇ। ਅਸਲ 'ਚ ਤੁਹਾਡਾ ਵੀ ਕਸੂਰ ਨਹੀਂ, ਫੇਸਬੁੱਕ ਨੇ ਨਵਾਂ ਕੰਮ ਇਹ ਕਰਤਾ ਵੀ ਗਾਲਾਂ ਕੱਢਣ ਵਾਲਿਆਂ ਨੂੰ ਵੱਧ ਪੈਸੇ ਮਿਲਦੇ ਆ, ਪਰ ਇਹੀ ਕੰਮ ਚੱਲੀ ਜਾਂਦਾ। ਜਿਹੜਾ ਸਭ ਤੋਂ ਵੱਧ ਬੋਲੂਗਾ, ਕਿਸੇ ਨੂੰ ਮਾੜਾ ਕਹੂਗਾ, ਉਹਦੇ ਰੁਪਈਏ ਬਣਦੇ ਆ। ਇਹ ਵੀ ਮੈਨੂੰ ਲੱਗਦਾ ਸਰਕਾਰ ਨੂੰ ਬੈਨ ਕਰ ਦੇਣੀ ਚਾਹੀਦੀ ਹੈ ਫੇਸਬੁੱਕ ਦੀ, ਲਾਈਵ ਹੋਣ ਦਾ 25,000 ਰੁਪਈਆ ਕਰ ਦੇਣਾ ਚਾਹੀਦਾ ਸਰਕਾਰੀ ਤੌਰ ਤੇ। ਮੈਨੂੰ ਲੱਗਦਾ ਵੀ ਜਿਹਨੇ ਲਾਈਵ ਹੋਣਾ 25,000 ਜਮਾ ਕਰਾਊਗਾ ਪੇਟੀਐਮ ਚ, ਲੈ ਸਾਰੀ ਉਹ ਖਾਲੀ ਹੋ ਜੂਗੀ ਹਫਤੇ ਚ, ਸਾਰਾ ਨਿੱਕ ਸੁੱਖ ਖਤਮ, ਸ਼ਾਂਤੀ ਹੋ ਜੂਗੀ। 500-400 ਬੰਦ ਹੈਗੇ ਜਿਹੜਾ ਦਵੱਲੀ ਫਿਰਦਾ ਸਾਰਿਆਂ ਦਾ। ਚੱਲ ਵੀ ਕਿੱਥੋਂ ਕਰੀਏ ਸ਼ੁਰੂ, ਨੱਚਣ ਵਾਲਾ ਹੈ। ਅੱਛਾ ਬਿੱਠਾ ਜਲਾਉਣਾ, ਸੁਣਨੇ ਵਾਲਾ ਸੁਣਨਾ ਹੈ ਕਿ ਖਰੂਦ ਸੁਣਨਾ? ਇੱਕ ਤਾਂ ਸੁਣਨ ਵਾਲਾ ਸੁਣ ਲਓ, ਫਿਰ ਮੈਂ ਫਿਰ ਤਾਂ ਲੱਗੇ ਜਾਣਾ। ਆ ਵੀ ਮਿਸਟਰ ਦੀਪਕ,
ਚੰਨ ਲਾਰਿਆਂ ਦੇ ਵਿੱਚ ਲੰਘ ਗਈ ਜ਼ਿੰਦਗੀ ਲਾਰਿਆਂ ਦੇ ਵਿੱਚ ਲੰਘ ਗਈ ਜ਼ਿੰਦਗੀ ਜ਼ਿੰਦਗੀ ਉਹ ਲੰਬੇ
ਨਾਲ ਮਿਲਾ ਮਾਇਆਰ ਨੂੰ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਸਰਕਾਰ ਨੂੰ ਸਾਤਾ
ਚਿੱਠੀਆਂ ਲਿਖਣ ਦੀ ਵਾਰੀ, ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਵਾਰੀ, ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਵਾਰੀ, ਹੌਲੀ ਬੋਲ ਹਾਏ ਨੀ ਮੈਂ ਕਿਹਾ ਹੌਲੀ ਬੋਲ, ਹੌਲੀ ਬੋਲ ਕੋਈ ਸੁਣ ਨਾ ਲਵੇ ਸਾਨੂੰ ਵੀ ਇਹ ਬਿਮਾਰੀ, ਹੌਲੀ ਬੋਲ ਕੋਈ ਸੁਣ ਨਾ ਲਵੇ ਝਟਕ ਲਵਾਇਆ। ਕਈ ਵਾਰੀ ਸੁਸਤੀ ਹੁੰਦੀ ਹੈ, ਸਫ਼ਰ ਵੀ ਆਪਣਾ ਲੰਬਾ। ਆ ਗਿਆ ਬਣਜਾਰਾ ਨੀ ਚੜਾ ਲੈ ਭਾਬੀ ਤੱਕ ਦਿੰਦਾ, ਆ ਗਿਆ ਬਣਜਾਰਾ ਰੱਖਦੀ ਪਿਆ।